ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਜੀ ਵੀ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਟੇਟ ਟੀਚਰ एलिजिਬਿਲਟੀ ਟੈਸਟ ਪੀ ਸਟੈਟ 2023 ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ 28 ਫਰਵਰੀ 2023 ਅਪਲਾਈ ਕਰਨ ਦੀ ਆਖਰੀ ਮਿਤੀ ਹੈ ਇਸ ਤੋਂ ਇਲਾਵਾ ਕੁਝ ਕੁ ਚੇਂਜ ਨੇ ਜੋ ਇਸ ਵਾਰੀ ਪੰਜਾਬ ਸਟੇਟ ਟੀਚਰ एलिजिਬਿਲਟੀ ਟੈਸਟ ਦੇ ਵਿੱਚ ਕੀਤੇ ਗਏ ਨੇ ਉਹ ਕਿਹੜੇ-ਕਿਹੜੇ ਚੇਂजेस ਨੇ ਤੁਹਾਨੂੰ ਦਿਖਾਣੇ ਆ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਵੈਬਸਾਈਟ ਓਪਨ ਕਰਨੀ ਹੈ pstet.do 2023 ਤਾਂ ਉਹਦੇ ਉੱਪਰ ਇਨਸਟਰਕਸ਼ਨਸ ਲਿਖੀਆਂ ਆਣਗੀਆਂ ਤਾਂ ਰਾਈਟ ਸਾਈਡ ਦੇ ਉੱਪਰ ਜੋ ਤਿੰਨ ਲਾਈਨਸ ਨੇ ਇਹਦੇ ਉੱਪਰ ਕਲਿੱਕ ਕਰੋਗੇ ਇਹਦੇ ਵਿੱਚ ਐਡਵਰਟਾਈਜ਼ਮੈਂਟ ਆ ਜਾਏਗੀ ਨਿਊ ਰਜਿਸਟ੍ਰੇਸ਼ਨ ਕਰਨਾ ਹੈ ਲੌਗਇਨ ਹੈ ਚੇਂਜ ਪਾਸਵਰਡ ਫੋਰਗਟ ਪਾਸਵਰਡ ਪੀ ਸਟੇਟਸ ਸਟਰਕਚਰ ਤੇ ਪੀ ਸਟੇਟਸ ਸਿਲੇਬਸ 2023 ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਪੀ ਸਟੈਟ ਲਈ ਨਿਊ ਰਜਿਸਟ੍ਰੇਸ਼ਨ ਕਰਨ ਦੇ ਉੱਪਰ ਕੀ ਕੁਝ ਮਿਲਦਾ ਹੈ ਤੇ ਉਸ ਤੋਂ ਬਾਅਦ ਕੈਂਡੀਡੇਟ ਨੇਮ ਫਾਦਰ ਨੇਮ ਮੋਬਾਈਲ ਨੰਬਰ ਤੇ OTP ਆਏਗਾ ਉਹ OTP ਕਨਫਰਮ ਕਰਨਾ ਤੁਸੀਂ ਫਿਰ ਈਮੇਲ ਦੇ ਉੱਪਰੋਂ OTP ਆਏਗਾ ਠੀਕ ਹੈ ਜੀ ਉਸ ਤੋਂ ਬਾਅਦ ਪਾਸਵਰਡ ਰੱਖਣਾ ਤੇ ਕਨਫਰਮ ਪਾਸਵਰਡ ਕਰਨਾ ਹੈ ਇਸ ਤੋਂ ਬਾਅਦ ਤੁਹਾਡਾ ਜੋ ਮੇਨ ਫਾਰਮ ਹੈ ਉਹ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਇਨਸਟਰਕਸ਼ਨਸ ਦੇਖਦੇ ਹਾਂ ਜੀ ਕਿਹੜੇ-ਕਿਹੜੇ ਇਨਸਟਰਕਸ਼ਨਸ ਨੂੰ ਫੋਲੋ ਕਰਨਾ ਹੈ ਪੀਸਟਟ ਪੇਪਰ ਭਰਨ ਤੋਂ ਪਹਿਲਾਂ ਜਨਰਲ ਇਨਸਟਰਕਸ਼ਨਸ ਨੇ ਇਹ ਠੀਕ ਹੈ ਜੀ ਇਹ ਨੋਰਮਲ ਜਿਹੀ ਇਨਸਟਰਕਸ਼ਨਸ ਨੇ ਜੋ ਚੇਂਜ ਕੀਤਾ ਗਿਆ ਮੇਜਰ ਚੇਂਜ ਹੈ ਉਹ ਦੱਸ ਦਈਏ ਤੁਹਾਨੂੰ ਕਿ ਫੋਲੋਇੰਗ ਅ ਨਿਊ ਸਬਜੈਕਟ ਇਨ ਐਡੀਸ਼ਨ ਟੂ ਸੋਸ਼ਲ ਸਾਇੰਸ ਐਂਡ ਮੈਥ ਸਾਇੰਸ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜੋ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਹੈ ਸਿਰਫ ਦੋ ਸਬਜੈਕਟ ਦਾ ਹੁੰਦਾ ਸੀ ਇੱਕ ਤਾਂ ਹੁੰਦਾ ਸੀ ਐਸਐਸਟੀ ਦਾ ਤੇ ਦੂਜਾ ਹੁੰਦਾ ਸੀ ਮੈਥ ਸਾਇੰਸ ਦਾ ਪਰੰਤੂ ਇਸ ਵਾਰੀ ਪੀ ਸਟੇਟ 2023 ਦੇ ਵਿੱਚ ਇਹਦੇ ਵਿੱਚ ਨਵੇਂ ਸਬਜੈਕਟ ਨੇ ਜੋ ਐਡ ਕੀਤੇ ਗਏ ਨੇ ਪੇਪਰ 2 ਦੇ ਲਈ ਇਹਦੇ ਵਿੱਚ ਹੈ ਜੀ ਆਰਟ ਐਂਡ ਕਰਾਫਟ ਟੀਚਰ ਇਹਦਾ ਅਲੱਗ ਤੋਂ ਪੀਸ ਟੈਟ ਹੋਵੇਗਾ ਫਾਰ ਫਿਜ਼ੀਕਲ ਐਜੂਕੇਸ਼ਨ ਟੀਚਰ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਹੋਵੇਗਾ ਫਾਰ ਹੋਮ ਸਾਇੰਸ ਟੀਚਰ ਦੇ ਲਈ ਹੋਮ ਸਾਇੰਸ ਦਾ ਟੈਟ ਹੋਵੇਗਾ ਉਰਦੂ ਟੀਚਰ ਦੇ ਲਈ ਉਰਦੂ ਦਾ ਹੋਵੇਗਾ 뮤ਜ਼ਿਕ ਟੀਚਰ ਦੇ ਲਈ 뮤ਜ਼ਿਕ ਦਾ ਅਪਲਾਈ ਹੋਵੇਗਾ ਸੰਸਕ੍ਰਿਤ ਟੀਚਰ ਬਣਨ ਦੇ ਲਈ ਸੰਸਕ੍ਰਿਤ ਦਾ ਪੇਪਰ ਅਪਲਾਈ ਹੋਵੇਗਾ ਤੇ ਦੋ ਪੇਪਰ ਨੇ ਜੋ ਪਹਿਲੀ ਹੈ ਹੋਣੇ ਜੋ ਸੋਸ਼ਲ ਸਾਇੰਸ ਅਤੇ ਮੈਥ ਸਾਇੰਸ ਦੇ ਪੇਪਰ ਇਹ ਪਹਿਲਾਂ ਤੋਂ ਹੀ ਇਹਨੇ ਜੋ ਇਹਦੇ ਵਿੱਚ ਸ਼ਾਮਲ ਨੇ ਠੀਕ ਹੈ ਜੀ ਜਿਹੜੇ ਵੀ ਸਬਜੈਕਟ ਦੇ ਵਿੱਚ ਤੁਸੀਂ ਟੈਟ ਅਪਲਾਈ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਹੈ ਉਹਦੇ ਅਕੋਰਡਿੰਗ ਤੁਸੀਂ ਇਹ ਨਵੇਂ ਸਬਜੈਕਟ ਐਡ ਕੀਤੇ ਗਏ ਨੇ ਇਹਨਾਂ ਦੇ ਲਈ ਅਲੱਗ ਤੋਂ ਟੈਟ ਹੈ ਜੋ ਅਪਲਾਈ ਕਰ ਸਕਦੇ ਹੋ ਫੀਸ ਦੇ ਬਾਰੇ ਦੱਸ ਦਈਏ ਕਿ ਫੀਸ ਹੈ ਜਨਰਲ ਤੇ OBC ਦੇ ਲਈ 1000 ਰੁਪਏ ਠੀਕ ਹੈ ਜੀ ਚਾਹੇ ਇੱਕ ਪੇਪਰ ਪੜ੍ਹਨਾ ਚਾਹੇ ਤੁਸੀਂ ਦੋ ਪੜ੍ਹਨਾ ਇੱਕ ਪੇਪਰ ਦੀ 1000 ਰੁਪਏ ਫੀਸ ਹੈ ਤਾਂ SC ST ਦੇ ਲਈ 500 ਰੁਪਏ ਫੀਸ ਐਕਸ ਸਰਵਿਸਮੈਨ ਜੈ ਸੈਲਫ ਨੇ ਤਾਂ ਉਹਨਾਂ ਦੇ ਲਈ ਕੋਈ ਵੀ ਫੀਸ ਹੈ ਜੋ ਉਹ ਨਹੀਂ ਹੈਗੀ ACGP stat ਦੇ ਵਿੱਚ ਜੋ ਨਵਾਂ ਚੇਂਜ ਕੀਤਾ ਗਿਆ ਹੈ ਤਾਂ ਜਿਹੜੇ ਵਿਦਿਆਰਥੀ ਨੇ ਇਹਨਾਂ ਸਬਜੈਕਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਪਰੋਕ ਜੋ ਉਪਰੋਕਤ ਸਬਜੈਕਟ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਇਹਨਾਂ ਦਾ ਜੋ ਸਿਲੇਬਸ ਹੈ ਹਰ ਇੱਕ ਸਬਜੈਕਟ ਦਾ ਫਿਜ਼ੀਕਲ ਦਾ ਆਰਟ ਦਾ ਹੋਮ ਸਾਇੰਸ ਸੰਸਕ੍ਰਿਤ 뮤직 ਉਰਦੂ ਤੇ ਐਸਐਸਟੀ ਜਾਂ ਮੈਥ ਸਾਇੰਸ ਦਾ ਸਿਲੇਬਸ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ ਕਿਸ ਤਰ੍ਹਾਂ ਤੁਸੀਂ ਇਹਦੇ ਸਿਲੇਬਸ ਅਕੋਰਡਿੰਗ ਤਿਆਰੀ ਕਰਨੀ ਅਗਲੀ ਵੀਡੀਓ ਜ਼ਰੂਰ ਦੇਖਿਓ